ਪੰਜਾਬ ਦੀ ਜਵਾਨੀ ਇਸ ਵੇਲੇ ਬੁਰੀ ਤਰ੍ਹਾਂ ਨਸ਼ਿਆਂ ਵਿੱਚ ਫਸ ਚੁੱਕੀ ਹੈ। ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਜਿੱਥੇ ਨਸ਼ੇ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੀ ਹੈ, ਉੱਥੇ ਹੀ ਇਸ ਦਾ ਅਸਰ ਕੁੜੀਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਇੱਕ ਮਾਮਲਾ ਮੋਗੇ ਦਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੀ ਰਹਿਣ ਵਾਲੀ ਇੱਕ ਕੁੜੀ ਨੇ 12 ਸਾਲ ਦੀ ਉਮਰ ਵਿੱਚ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਆਪਣੀ ਨਸ਼ੇ ਦੀ ਆਦਤ ਨੂੰ ਛੱਡਣਾ ਚਾਹੁੰਦੀ ਹੈ, ਇਸ ਲਈ ਉਹ ਕੁੜੀ ਖੁਦ ਸਤਿਕਾਰ ਕਮੇਟੀ ਦੀ ਮਦਦ ਨਾਲ ਪੁਲਿਸ ਸਾਹਮਣੇ ਪੇਸ਼ ਹੋਈ ਹੈ। ਉਸਨੇ ਦੱਸਿਆ ਕਿ ਉਸਦੇ ਦੋਸਤ ਵੱਲੋਂ ਹੀ ਉਸਨੂੰ ਚਿੱਟੇ ਦੀ ਲੱਤ ਲਗਾਈ ਗਈ ਸੀ ਅਤੇ ਉਹ ਨਸ਼ਾ ਕਰਨ ਲਈ ਬਿਊਟੀ ਪਾਰਲਰ ਦੀ ਨੌਕਰੀ ਕਰਦੀ ਸੀ। ਕੁੜੀ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਖਰੀਦੀ ਸੀ ਤਾਂ ਉਸਨੇ ਕਿਹਾ ਕਿ ਮੋਗਾ ਵਿੱਚ ਜਗ੍ਹਾ ਜਗ੍ਹਾ ਤੋਂ ਨਸ਼ਾ ਮਿਲਦਾ ਹੈ। ਲਗਾ ਰਹੀ ਹਾਂ ਮੈਂ ਚਿੱਟਾ ਸੀ ਅਤੇ ਹੁਣ ਮੈਂ ਛੱਡਣਾ ਚਾਹੁੰਦੀ ਹਾਂ, ਇਸ ਕਰਕੇ ਮੈਂ ਇਹਨਾਂ ਦੀ ਹੈਲਪ ਲਿੱਤੀ ਆ ਜੀ। ਬੇਟਾ ਤੁਹਾਨੂੰ ਚਿੱਟਾ ਕਿੱਥੋਂ ਮਿਲਦਾ ਸੀਗਾ, ਨਸ਼ਾ ਕਰਨ ਲਈ ਕਿੱਥੋਂ ਮਿਲਦਾ ਚਿੱਟਾ ਦੱਸ ਦਿਓ। ਮੋਗੇ 'ਚ ਜੀ ਬਹੁਤ ਜਾਣੇ ਵੇਚਦੇ ਆ ਚਿੱਟਾ। ਤੁਹਾਨੂੰ ਤਾਂ ਨਸ਼ੇ ਦੀ ਜਿਹੜੀ ਲੱਤ ਕਿਵੇਂ ਲੱਗੀ, ਕਿਹੜੇ ਸਾਲ 'ਚ ਲੱਗੀ? ਇਹ ਮੈਨੂੰ 12 ਸਾਲ ਦੀ ਉਮਰ 'ਚ ਲੱਗ ਗਈ ਸੀ। ਤੁਹਾਡੇ ਮਾਤਾ ਪਿਤਾ? ਮੰਮੀ ਹੈ ਨਹੀਂ ਗਏ ਮੇਰੇ। ਤੁਸੀਂ ਚਿੱਟਾ ਲੈਣ ਵਾਸਤੇ ਪੈਸੇ ਦਾ ਅਰੇਂਜਮੈਂਟ ਕਿਵੇਂ ਕਰਦੇ ਸੀ? ਜੋਬ ਕਰਦੀ ਸੀਗੀ ਜੀ ਪਾਰਲਰ 'ਤੇ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਜਲੰਧਰ ਰਾਜਪੁਰਾ। ਮੋਗੇ ਕਿੱਥੇ ਰਹਿੰਦੇ ਸੀਗੇ? ਮੋਗੇ ਮੈਂ ਸ਼ੇਖਾਲੇ ਚੌਂਕ 'ਚ। ਤੁਹਾਡੇ ਕੋਈ ਫਰੈਂਡ ਨੇ, ਕਿਸੇ ਦੋਸਤ ਨੇ ਤੁਹਾਨੂੰ ਇਸ ਲੱਤ ਦੇ ਵਿੱਚ ਲਾਇਆ, ਨਸ਼ੇ ਦੇ ਵਿੱਚ? ਹਾਂਜੀ, ਇਹਨੇ ਆਪ ਹੀ ਸੰਪਰਕ ਕੀਤਾ ਜੀ ਸਾਡੇ ਨਾਲ ਵੀ ਮੈਂ ਚਿੱਟਾ ਛੱਡਣਾ ਚਾਹੁੰਦੀ ਹਾਂ, ਮੈਂ ਇਸ ਦਲਦਲ 'ਚੋਂ ਬਾਹਰ ਨਿਕਲਣਾ ਚਾਹੁੰਦੀ, ਮੈਨੂੰ ਕੱਢਿਆ ਜਾਵੇ ਕਿਉਂਕਿ ਮੇਰੀ ਫੈਮਿਲੀ ਹੈ ਨਹੀਂ। ਲੜਕੀ ਨੇ ਪੁਲਿਸ ਸਾਹਮਣੇ ਖੁਲਾਸੇ ਕੀਤੇ ਤਾਂ ਪੁਲਿਸ ਵੀ ਹਰਕਤ ਵਿੱਚ ਆ ਗਈ ਅਤੇ ਪਾਰਲਰ ਸੈਲੂਨ ਉੱਤੇ ਰੇਡ ਕੀਤੀ ਗਈ, ਜਿੱਥੋਂ ਦੋ ਲੜਕੀਆਂ ਨੂੰ ਪੁਲਿਸ ਆਪਣੇ ਨਾਲ ਲੈ ਗਈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰ ਮੁੱਢਲੀ ਸਟੇਜ 'ਤੇ ਉਹਨੇ ਮੈਨੂੰ ਕੁਛ ਦੱਸਿਆ ਵੀ ਉਹਦੇ ਜਿਹੜਾ ਫਾਦਰ ਨੇ ਇਹਨੂੰ ਇਹਦਾ ਖੜਾ ਇਹਨੂੰ ਨਹੀਂ ਇਹਦੀ ਸਾਂਭ ਸੰਭਾਲ ਕੀਤੀ ਅਤੇ ਇਹਦੀ ਮਦਰ ਦੀ ਕਰੀਬ ਪਿਛਲੇ 5 ਸਾਲ ਤੋਂ ਇਹਦੀ ਮੌਤ ਹੋਣ ਤੋਂ ਬਾਅਦ ਇਹ ਲੜਕੀ ਇੱਥੇ ਕਿਸੇ ਪਾਰਲਰ ਵਾਲੀ ਕੋਲ ਆ ਕੇ ਰਹਿਣ ਲੱਗ ਪਈ ਸੀ ਜਿਹਨੇ ਇਹਨੂੰ ਇਹ ਗਲਤ ਧੰਦਿਆਂ ਦੇ ਵਿੱਚ ਪਾ ਦਿੱਤਾ। ਪਾਰਲਰ ਵਾਲੀ ਦਾ ਵੀ ਅਸੀਂ ਇਹਨੂੰ ਬੁਲਾ ਕੇ ਇਹਨੂੰ ਪੁੱਛਗਿੱਛ ਕਰਾਂਗੇ ਔਰ ਜੋ ਵੀ ਉਹਦੇ ਤੋਂ ਅੱਗੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਆਈ ਉਹ ਫਰਦਰ ਉਹਦੇ ਖਿਲਾਫ਼ ਜਿਹੜਾ ਕੋਈ ਕਾਨੂੰਨ ਅਨੁਸਾਰ ਕਾਰਵਾਈ ਜ਼ਰੂਰ ਹੋਊਗੀ। ਰੇਡ ਵੀ ਅੱਜ ਅਸੀਂ ਕਰਵਾ ਰਹੇ ਹਾਂ ਕਿਉਂਕਿ ਲੜਕੀ ਨੇ ਦੇ ਦੱਸਣ ਮੁਤਾਬਕ ਮੈਂ ਪਾਰਲਰ ਦੇ ਉੱਤੇ ਛੋਟੀ ਉਮਰ ਦੇ ਵਿੱਚ ਹੀ ਕਰੀਬ 13 ਸਾਲ ਦੀ ਉਮਰ ਦੇ ਵਿੱਚ ਪਾਰਲਰ ਚਲੀ ਗਈ ਸੀਗੀ ਅਤੇ ਉਹਦੇ ਕੋਲ ਹੀ ਰਹਿਣ ਲੱਗ ਗਈ ਸੀਗੀ, ਉੱਥੋਂ ਹੀ ਇਹ ਜਿਹੜਾ ਨਸ਼ੇ ਦੇ ਜਿਹੜੇ ਦਲਦਲ ਦੇ ਵਿੱਚ ਫਸ ਗਈ ਅਤੇ ਇਹ ਹੋਰ ਵੀ ਇਹਨੇ ਕਈ ਗੈਰ ਧੰਦਿਆਂ ਦਾ ਸ਼ਿਕਾਰ ਹੋ ਗਈ ਇਹ ਅਤੇ ਅਸੀਂ ਉਹਦੇ ਜੋ ਵੀ ਹੋਊਗਾ ਅਤੇ ਉਹਦੇ ਖਿਲਾਫ਼ ਕਾਰਵਾਈ ਹੋਊਗੀ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।